ਨਮਸਕਾਰ, ਮੈਂ ਰਾਜਕੁਮਾਰੀ ਸਾਂਝੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਦਾ ਦਿਲੋਂ ਸਵਾਗਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਜ਼ਤ ਮਾਨ ਬਖਸ਼ਿਆ। ਇਹ ਨਾਨੀ ਜੀ ਮੱਤ ਹੈਗੀ ਮੇਰੀ, ਲੇਕਿਨ ਫਿਰ ਵੀ ਮੈਂ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ 'ਤੇ ਦਿਲੋਂ ਕੋਸ਼ਿਸ਼ ਕਰਾਂ ਕਿ ਦਿਨੋਂ ਰਾਤ ਇੱਕ ਕਰਕੇ ਆਪਣੀ ਕੋਸ਼ਿਸ਼ ਪੂਰੀ ਰਹੇਗੀ ਕਿ ਇੱਕ ਵਾਰਡ ਤੋਂ ਲੈ ਕੇ ਇੱਕ ਨੰਬਰ ਵਾਰਡ ਤੋਂ ਮੈਂ ਸਾਰਾ ਦੇਖ ਲਿਆ ਕਿ ਕਿੰਨਾ ਕਿੰਨਾ ਉੱਥੇ ਕੰਮ ਪੈਂਡਿੰਗ ਪਿਆ ਹੈਗਾ। ਅਸੀਂ ਇੱਕ ਡੋਰ ਤੋਂ ਸਾਰੇ ਪਾਸੇ ਗਏ ਹਾਂ, ਦੇਖਿਆ ਕਿ ਇੱਧਰ ਇੰਨਾ ਖਸਤੀ ਹਾਲਤ ਪਈ ਹੈ ਕਿ ਕੋਈ ਆ ਕੇ ਤਾਂ ਦੇਖੇ ਕਿ ਸੀਵਰੇਜ ਦਾ ਕੀ ਹਾਲਤ ਹੈਗੀ, ਸਟਰੀਟ ਲਾਈਟਾਂ ਦੀ ਕੀ ਹਾਲਤ ਹੈਗੀ। ਉਹ ਗਰੀਬ ਬੰਦੇ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਘਰ ਜਾ ਕੇ ਦੇਖੋ ਕਿ ਉਹਨਾਂ ਰਾਤ ਨੂੰ ਵੜਦੇ ਹੋਏ ਕੀ ਹਾਲਤ ਹੁੰਦੀ ਹੋਏਗੀ ਕਿ ਹੇਰ ਮੈਂ ਜਾਊਂਗਾ ਕਿਹੜੇ ਖੰਜੇ ਵੜ ਜਾਊਂਗਾ, ਕਿਹੜੇ ਖੰਜੇ ਨਹੀਂ ਜਾਊਂਗਾ। ਲੇਕਿਨ ਹਾਂ, ਮੈਂ ਇੰਨਾ ਦਿਲ ਤੋਂ ਵਾਅਦਾ ਕਰਦੀ ਹਾਂ ਕਿ ਜਿੰਨਾ ਵੀ ਕੰਮ ਪੈਂਡਿੰਗ ਪਿਆ ਹੈਗਾ ਉਹਨੂੰ ਪੂਰਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਾਕੀ ਮੈਂ ਧੰਨਵਾਦ ਕਰਦੀ ਹਾਂ ਕਿ ਤੁਹਾਨੂੰ ਮੈਨੂੰ ਇੱਜ਼ਤ ਮਾਨ ਬਖਸ਼ਿਆ। ਇਸ ਗਰੀਬ ਘਰ 'ਚੋਂ ਉੱਠੇ ਹੋਏ ਅੱਜ ਉੱਠੀ ਹਾਂ, ਕੱਲ੍ਹ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ। ਬਸ ਇੰਨਾ ਕਰਨਾ ਕਿ ਕਿਰਪਾ ਕਰਨਾ ਕਿ ਇੱਕ ਆਪਣੀ ਛੋਟੀ ਜਿਹੀ ਵੋਟ ਸਾਨੂੰ ਦੇ ਕੇ ਇੱਜ਼ਤ ਮਾਨ ਬਖਸ਼ਣਾ। ਬਾਕੀ ਹੱਥ 'ਚ ਤੁਹਾਡੇ ਹੈਗਾ ਕੌਣ ਸਹੀ ਆ ਕੌਣ ਗਲਤ ਆ। ਕਿਰਪਾ ਕਰਕੇ ਆਪਣਾ ਕੀਮਤੀ ਇੱਕ ਇੱਕ ਕੀਮਤੀ ਵੋਟ ਸਾਨੂੰ ਪਾ ਕੇ ਸਾਨੂੰ ਕਾਮਯਾਬ ਬਣਾਓ।